ਖੜੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਾਰਿਆਂ ਦਾ ਮੈਂ सुरेंद्र ਸਿੰਘ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਤੇ ਗੁੱਡ ਈਵਨਿੰਗ ਅੱਜ 25 ਜੂਨ ਦਿਨ ਬੁੱਧਵਾਰ ਅੰਮ੍ਰਿਤਸਰ ਚ ਇਸ ਵੇਲੇ ਸਵੇਰ ਦੇ 6:33 ਮਿੰਟ ਹੋ ਰਹੇ ਨੇ ਤੇ ਕੈਲੀਫੋਰਨੀਆ ਚ ਸ਼ਾਮ ਦੇ 5:33 ਮਿੰਟ ਨਿਊਯਾਰਕ ਚ ਰਾਤ ਦੇ 8:33 ਮਿੰਟ ਅਤੇ ਸਿਡਨੀ ਚ ਸਵੇਰ ਦੇ 10:33 ਮਿੰਟ ਹੋ ਰਹੇ ਨੇ ਇਹ ਪ੍ਰੋਗਰਾਮ ਤੁਸੀਂ ਸਾਡੀ ਵੈਬਸਾਈਟ www.satlujnetwork.tv ਰੋਕੂ ਟੀਵੀ ਐਮਾਜ਼ਨ ਫਾਇਰ ਟੀਵੀ ਐਪਲ ਟੀਵੀ ਅਤੇ ਸਾਡੇ YouTube ਚੈਨਲ ਤੇ ਨਾਲੋ ਨਾਲ ਦੇਖ ਰਹੇ ਹੋ। ਇਸ ਸ਼ੋਅ ਦੌਰਾਨ ਗੱਲ ਕਰਨ ਲਈ ਸਾਡਾ WhatsApp ਨੰਬਰ ਹੋਏਗਾ 6232502734। ਕੱਲ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਸੀ। ਐਸ ਲਈ ਕੀਤੀ ਸੀ ਕਿ ਇਹ ਸਾਡੇ ਖਾਲਸਤਾਨ ਬਣਾਉਣ ਅਤੇ ਸਿੱਖਾਂ ਦੀ ਆਜ਼ਾਦੀ ਦੇ ਨਾਲ ਸਿੱਧਾ-ਸਿੱਧਾ ਜੁੜਿਆ ਹੋਇਆ ਇਹ ਮਸਲਾ ਤੇ ਰਹੇਗਾ ਵੀ ਕੱਲ ਜਦੋਂ ਮੈਂ ਇਹ ਪ੍ਰੋਗਰਾਮ ਕਰ ਰਿਹਾ ਸੀ ਤਾਂ ਉਸੇ ਵੇਲੇ ਕੁਝ ਘਟਨਾਵਾਂ ਅਤੇ ਬਿਆਨਵਾਜ਼ੀਆਂ ਹੋਈਆਂ ਬਿਲਕੁਲ ਉਸੇ ਵੇਲੇ ਅਕਾਲੀ ਦਲ ਬਾਦਲ ਬਾਰੇ ਮਤਲਬ ਇਹ ਬਿਆਨਵਾਜ਼ੀਆਂ ਹੋਈਆਂ ਤੇ ਮੈਂ ਦੋ ਬਿਆਨਾਂ ਦਾ ਜ਼ਿਕਰ ਕਰਾਂਗਾ ਇੱਕ ਆ ਸਾਬਕਾ ਕਾਂਗਰਸੀ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਬਲਰਾਮ ਜਾਖੜ ਦੇ ਸਪੁੱਤਰ ਸੁਨੀਲ ਜਾਖੜ ਦਾ ਤੇ ਦੂਜਾ ਹੈ ਸੀਨੀਅਰ ਅਤੇ ਬਜ਼ੁਰਗ ਸਿੱਖ ਪੱਤਰਕਾਰ ਚੰਡੀਗੜ੍ਹ ਤੋਂ ਸਰਦਾਰ ਸੁਖਦੇਵ ਸਿੰਘ ਹੋਰਾਂ ਦਾ ਪਹਿਲਾਂ ਸੁਨੀਲ ਜਾਖੜ ਦੀ ਗੱਲ ਕਰਦੇ ਹਾਂ ਸੁਨੀਲ ਜਾਖੜ ਕਹਿੰਦਾ ਹੈ ਕਿ ਅਕਾਲੀ ਦਲ ਵਿਦ ਔਰ ਵਿਦਆਊਟ ਸੁਖਬੀਰ ਬਾਦਲ ਇਜ਼ ਅ ਸੇਫਟੀ ਵਾਲਵ ਫੋਰ ਪੰਜਾਬ against threat of radicalism ਇਹ ਗੱਲ ਸੁਨੀਲ ਜਾਖੜ ਨੇ ਕਹੀ ਹੈ ਤੇ ਚੋਟੀ ਦੇ ਭਾਰਤੀ ਅਖਬਾਰਾਂ ਤੇ ਵੈਬਸਾਈਟਾਂ ਨੇ ਇਸ ਨੂੰ ਛਾਪਿਆ ਜਾਖੜ ਦੇ ਇਸ ਬਿਆਨ ਨੂੰ ਜੇ ਪੰਜਾਬੀ ਚ ਬੋਲੀਏ ਤਾਂ ਉਹਨੇ ਕਿਹਾ ਕਿ ਅਕਾਲੀ ਦਲ ਸੁਖਬੀਰ ਬਾਦਲ ਦੇ ਨਾਲ ਜਾਂ ਸੁਖਬੀਰ ਬਾਦਲ ਦੇ ਬਗੈਰ ਪੰਜਾਬ ਲਈ ਕੱਟੜ ਪੰਥ ਦੇ ਖਤਰੇ ਤੋਂ ਇੱਕ ਸੁਰੱਖਿਆ ਵਾਲਵ ਵਾਂਗ ਕੰਮ ਕਰਦਾ ਹੈ ਇਹ ਬਿਆਨ ਕਿਸੇ ਰਾਸ਼ਟਰਵਾਦੀ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੱਲੋਂ ਦਿੱਤਾ ਜਾਣਾ ਹੈਰਾਨੀ ਪੈਦਾ ਕਰਦਾ ਹੈ ਕਿਉਂਕਿ ਬਹੁਤ ਸਾਰੀਆਂ ਸੁਹਿਰਦ ਹਸਤੀਆਂ ਅਤੇ ਪੰਥ ਦੇ ਨਾਲ ਦਰਦ ਸਾਂਝਾ ਰੱਖਣ ਵਾਲੇ ਲੋਕ ਪਿਛਲੇ 40 ਸਾਲਾਂ ਤੋਂ ਇਹੋ ਗੱਲ ਕਹਿੰਦੇ ਆ ਰਹੇ ਨੇ ਜਿਹੜੀ ਸੁਨੀਲ ਜਾਖੜ ਨੇ ਕਹੀ ਹੈ ਸੰਤ ਜਰਨੈਲ ਸਿੰਘ ਖਾਲਸਾ ਭੇਂਡਰਾਂ ਵਾਲਿਆਂ ਨੇ ਵੀ ਬਦਲਵੇਂ ਸ਼ਬਦਾਂ ਦੇ ਨਾਲ ਇਹ ਗੱਲ ਕਈ ਵਾਰ ਕਹੀ ਹੈ ਸੋ ਪੰਜਾਬ ਚ ਪਿਛਲੇ 40 ਸਾਲਾਂ ਖਾਸ ਤੌਰ ਤੇ ਬਾਦਲ ਸਰਕਾਰ ਵੇਲੇ ਵਾਪਰੀਆਂ ਘਟਨਾਵਾਂ ਨੂੰ ਹੁਣ ਖਾਲਸਾ ਰਾਜ ਜਾਂ ਖਾਲਿਸਤਾਨ ਦੀ ਕਾਇਮੀ ਦੇ ਸਬੰਧ ਚ ਵਾਚਣਾ ਹੋਰ ਜ਼ਰੂਰੀ ਹੋ ਗਿਆ ਕਿਉਂਕਿ ਇਸ ਦਾ ਅੱਗੇ ਤੋਂ ਅੱਗੇ ਸਬੰਧ ਦੁਨੀਆ ਪੱਧਰ ਤੇ ਸਿੱਖਾਂ ਦੀ ਆਜ਼ਾਦੀ ਲਈ ਕੰਮ ਕਰ ਰਹੀ ਜਾਂ ਆਜ਼ਾਦੀ ਦੀ ਵਕਾਲਤ ਕਰ ਰਹੀ ਇੱਕ ਸਿਰਕੜ ਜਥੇਬੰਦੀ ਨਾਲ ਵੀ ਜੁੜੇਗਾ ਪੱਕਾ ਜੁੜੇਗਾ ਸੁਨੀਲ ਜਾਖੜ ਨੇ ਇਹ ਬਿਆਨ ਸਿੱਖਾਂ ਦੇ ਹੱਕ 'ਚ ਕੋਈ ਹਾ ਦਾ ਨਾਰਾ ਮਾਰਨ ਲਈ ਜਾਂ ਸਿੱਖਾਂ ਨੂੰ ਅਕਾਲੀ ਦਲ ਦੇ ਦਿੱਲੀ ਦੀ ਝੋਲੀ 'ਚ ਪੈਣ ਦੇ ਡਰੋਂ ਸੁਚੇਤ ਕਰਨ ਲਈ ਨਹੀਂ ਬਲਕਿ ਆਪਣੇ ਆਪ ਨੂੰ ਆਪਣੇ ਸਨਾਤਨੀ ਭਾਜਪਾਈ ਲੀਡਰਾਂ ਦੀਆਂ ਨਜ਼ਰਾਂ 'ਚ ਪ੍ਰੋ ਇੰਡੀਅਨ ਜਾਂ ਗੂੜਾ ਰਾਸ਼ਟਰਪਤੀ ਸਾਬਤ ਕਰਨ ਲਈ ਦਿੱਤਾ ਸੁਨੀਲ ਜਾਖੜ ਦੇ ਬਿਆਨ ਨੂੰ ਪੂਰਾ ਧਿਆਨ ਨਾਲ ਪਰਚੋਲਿਆ ਜਾਵੇ ਤਾਂ ਉਹ ਸਿੱਖਾਂ ਨੂੰ ਨਹੀਂ ਬਲਕਿ ਭਾਰਤੀ ਸਿਸਟਮ ਨੂੰ ਸੁਚੇਤ ਕਰ ਰਿਹਾ ਹੈ ਕਿ ਦੇਖਿਓ ਕਿਤੇ ਅਕਾਲੀ ਦਲ ਨੂੰ ਖਤਮ ਕਰਨ ਦੀ ਗਲਤੀ ਨਾ ਕਰ ਲੈਣਾ ਇਸ ਨਾਲ ਪੰਜਾਬ 'ਚ ਸਿੱਖਾਂ ਦੀ ਪੰਥ ਪ੍ਰਸਤੀ ਦੁਬਾਰਾ ਜਾਗ ਸਕਦੀ ਹੈ ਟ੍ਰਿਬਿਊਨ ਗਰੁੱਪ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਗਿਆ ਡੀਕੋਡ ਪੰਜਾਬ ਪੰਜਾਬ ਨੂੰ ਡੀਕੋਡ ਕਰਨ ਦੇ ਲਈ ਕਿ ਵਾਰ-ਵਾਰ ਇੱਥੋਂ ਬਗਾਵਤ ਦੀ ਜਿਹੜੀ ਆਵਾਜ਼ਾਂ ਕਿਉਂ ਉੱਠਦੀ ਹੈ ਕਿ बार-बार ਇਥੋਂ ਖਾਲਸਾਈ ਰਾਜ ਦੇ ਬੋਲ ਵਾਲੇ ਕਿਉਂ ਉੱਠਦੇ ਨੇ ਐਸੇ ਡੀਕੋਡ ਪੰਜਾਬ ਪ੍ਰੋਗਰਾਮ 'ਚ ਜਾਖੜ ਨੇ ਇਹ ਗੱਲਾਂ ਕਹੀਆਂ ਕੱਲ ਦੀ ਗੱਲ ਹੈ ਮੈਨੂੰ ਲੱਗਦਾ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤੁਸੀਂ ਸੁਣ ਰਹੇ ਸੀ ਇਹ ਬਿਲਕੁਲ ਉਸੇ ਵੇਲੇ ਦਾ ਬਿਆਨ ਜਾਖੜ ਭਾਰਤੀ ਤੰਤਰ ਨੂੰ ਖਬਰਦਾਰ ਕਰਦਾ ਸੁਝਾਅ ਦੇ ਰਿਹਾ ਕਿ ਪੰਜਾਬ ਨੂੰ ਇੱਕ ਮਜ਼ਬੂਤ ਅਕਾਲੀ ਦਲ ਦੀ ਲੋੜ ਹੈ ਤੇ ਜੇ ਅਜੇ ਹਾਂ ਨਾ ਹੋਇਆ ਇਹ ਅਕਾਲੀ ਦਲ ਨੂੰ ਤੋੜ ਕੇ ਕਮਜ਼ੋਰ ਕੀਤਾ ਗਿਆ ਤਾਂ ਖਾਲਸਤਾਨੀ ਸੰਘਰਸ਼ ਵਾਲੀ ਧਿਰ ਸਿਆਸੀ ਤੌਰ ਦੇ ਉੱਤੇ ਪੈਰ ਜਮਾ ਸਕਦੀ ਹੈ। ਇਹ ਗੱਲ ਸਪਸ਼ਟ ਸੁਨੀਲ ਜਾਖੜ ਭਾਰਤੀ ਤੰਤਰ ਦਾ ਬੀਬਾ ਪੁੱਤ ਕਿਉਂ ਬਣਨਾ ਚਾਹੁੰਦਾ? ਇਸ ਦੇ ਦੋ ਕਾਰਨ ਨੇ। ਇੱਕ ਤਾਂ ਉਹ ਪੰਜਾਬ ਕਾਂਗਰਸ ਦੀ ਭਰੀ ਭਰਾਈ ਖਾਣੇ ਦੀ ਪਲੇਟ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਅਸਲੀ ਸ਼ਾਮਲ ਹੋਇਆ ਸੀ। ਕਿ ਉਸ ਦਾ ਸਿਆਸੀ ਜੀਵਨ ਕਿਵੇਂ ਨਾ ਕਿਵੇਂ ਚੱਲਦਾ ਰਹੇਗਾ। ਪਾਰਲੀਮੈਂਟ ਮੈਂਬਰ ਜਾਂ ਕਦੇ ਵਿਧਾਨ ਸਭਾ ਦਾ ਮੈਂਬਰ ਤੇ ਸਮਾਂ ਆਉਣ ਤੇ ਕਦੇ ਨਾ ਕਦੇ ਤਾਂ ਮੁੱਖ ਮੰਤਰੀ ਬਣ ਹੀ ਸਕੇਗਾ। ਇਸ ਦੇ ਉਲਟ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੂੰ ਹਾਲੀਆ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਹੋ ਕੇ ਹਟੀਆਂ ਨੇ ਇਹਨਾਂ 'ਚ ਇੱਕ ਵੀ ਸੀਟ ਨਹੀਂ ਮਿਲੀ। ਤੇ ਉੱਪਰੋਂ ਉਹਨਾਂ ਦੇ ਹਾਰੇ ਹੋਏ ਉਮੀਦਵਾਰ ਅਤੇ ਜਾਖੜ ਤੋਂ ਬਹੁਤ ਜ਼ਿਆਦਾ ਜੂਨੀਅਰ ਕਿਤੇ ਜੂਨੀਅਰ ਸਾਫਕਾ ਕਾਂਗਰਸੀ ਤੇ ਬਿਆੰਤ ਬੂਚੜ ਦੇ ਪੁੱਤਰੇ ਰਵਨੀਤ ਬਿੱਟੂ ਨੂੰ ਕੈਬਨਿਟ ਚ ਭਾਰਤੀ ਕੈਬਨਿਟ ਚ ਮੰਤਰੀ ਲੈ ਲਿਆ ਗਿਆ ਇਹ ਗੱਲ ਜਾਖੜ ਕਿਵੇਂ ਸਹਾਰ ਸਕਦਾ ਸੀ ਇਹ ਜਾਖੜ ਤੇ ਦੋਰੀ ਮਾਰ ਪਈ ਸੋ ਉਸਨੇ ਤਾਜ਼ਾ ਤਾਜ਼ਾ ਜ਼ਖਮ ਖਾਦਾ ਹੋਇਆ ਸੀ ਤੇ ਅਸਲ ਗੱਲ ਉਹਦੇ ਢਿੱਡੋਂ ਬਾਹਰ ਆ ਗਈ ਡੀਪ ਸਟੇਟ ਨੂੰ ਉਸ ਦਾ ਸੁਝਾਅ ਬਹੁਤ ਚੰਗਾ ਵੀ ਲੱਗਿਆ ਹੋਵੇਗਾ ਤੇ ਨਾਲ ਹੀ ਯੋਜਨਾਬੰਦੀ ਬਾਰੇ ਇੱਕ ਖੁਫੀਆ ਬ੍ਰਾਂਚ ਹੁੰਦੀ ਹੈ ਯੋਜਨਾਬੰਦੀਆਂ ਜਿਹੜੀਆਂ ਕਰਦੀਆਂ ਸਾਰੀਆਂ ਤੇ ਉਸ ਖੁਫੀਆ ਬ੍ਰਾਂਚ ਨਾਲ ਵੀ ਜਾਖੜ ਦੀ ਮੀਟਿੰਗ ਤਕਰੀਬਨ ਤੈਹ ਹੋ ਗਈ ਹੋਵੇਗੀ ਕਿਸੇ ਨਾ ਕਿਸੇ ਅਹੁਦੇ ਲਈ ਜਾਂ ਕਿਸੇ ਨਾ ਕਿਸੇ ਅੱਗੇ ਵੱਡੀ ਪੇਸ਼ਕਦਮੀ ਲਈ ਇਹ ਸਿਸਟਮ ਦੇ ਰੰਗ ਹੁੰਦੇ ਨੇ ਇਹ ਐਸੇ ਤਰ੍ਹਾਂ ਚੱਲਦਾ ਇਹ ਰੰਗ ਐਸੇ ਤਰ੍ਹਾਂ ਬਦਲਦੇ ਨੇ ਇਹਨਾਂ ਦਾ ਧਿਆਨ ਅਸੀਂ ਨਾਲ ਨਾਲ ਰੱਖਦੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਡਿਊਟੀ ਬਣਦੀ ਹੈ ਕਿ ਤੁਹਾਡੇ ਤੱਕ ਇਹ ਗੱਲਾਂ ਲੈ ਕੇ ਆਉਂਦੇ ਰਹੀਏ ਹੁਣ ਗੱਲ ਕਰਦੇ ਹਾਂ ਸਿੱਖ ਪੱਤਰਕਾਰ ਜਿਹੜੇ ਸਰਦਾਰ ਸਾਹਿਬ ਨੇ ਸੁਖਦੇਵ ਸਿੰਘ ਜੀ ਉਹਨਾਂ ਦੇ ਬਿਆਨ ਦੀ ਸੁਖਦੇਵ ਸਿੰਘ ਲਿਖਦੇ ਨੇ ਆਪਣੇ ਬਿਆਨ ਚ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਬਿਆਨ ਜਾਂ ਪੋਸਟ ਕਹਿ ਲੋ ਜਾਂ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਆ ਜਿਹੜੀ ਇਹ ਸਰਗਰਮੀ ਹੋਈ ਆ ਜਿਹਦੇ ਤੇ ਅਸੀਂ ਕੱਲ ਗੱਲਬਾਤ ਕੀਤੀ ਸੀ ਉਹਦੇ ਤੇ ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇੱਕ ਮਜ਼ਬੂਤ ਅਕਾਲੀ ਦਲ ਚਾਹੁੰਦੀ ਹੈ। ਹੁਣ ਸੁਨੀਲ ਜਾਖੜ ਦੇ ਬਿਆਨ ਨਾਲ ਤੇ ਕੱਲ ਦੇ ਸਾਡੇ ਪ੍ਰੋਗਰਾਮ ਨਾਲ ਉਹਨਾਂ ਦੀ ਇਹ ਗੱਲ ਬਿਲਕੁਲ ਬਿਆਨ ਜਿਹੜਾ ਮਿਲਦਾ ਟਿੱਪਣੀ। ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇੱਕ ਮਜ਼ਬੂਤ ਅਕਾਲੀ ਦਲ ਚਾਹੁੰਦੀ ਹੈ। ਐਸ ਲਈ ਨਹੀਂ ਕਿ ਅਜੇਹਾ ਅਕਾਲੀ ਦਲ ਸਿੱਖਾਂ ਤੇ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਲਈ ਦੀਵਾਰ ਬਣ ਕੇ ਖੜੇ। ਬਲਕਿ ਅਜੇਹਾ ਅਕਾਲੀ ਦਲ ਜਿਹੜਾ ਆਰਐਸਐਸ ਦੇ ਸੰਕਲਪ ਵਾਲੇ ਹਿੰਦੂ ਰਾਸ਼ਟਰ ਦਾ ਹੱਥ ਠੋਕਾ ਬਣ ਕੇ ਵਿਚਰੇ ਕਲਾਸਿਕਲ ਸਿੱਖੀ ਤੋਂ ਦੂਰ ਦੂਰੀ ਬਣਾ ਕੇ ਚੱਲੇ ਅਤੇ ਸੰਘਰਸ਼ਸ਼ੀਲ ਨੌਜਵਾਨ ਸਿੱਖਾਂ ਨੂੰ ਦਬਾ ਕੇ ਰੱਖੇ ਬਦਲੇ ਵਿੱਚ ਅਜਿਹੇ ਅਕਾਲੀ ਦਲ ਦੇ ਆਗੂਆਂ ਅਤੇ ਉਹਨਾਂ ਦੇ ਪੁੱਤ ਧੀਆਂ ਦੀ ਉੱਚੇ ਸਰਕਾਰੀ ਅਹੁਦਿਆਂ ਅਤੇ ਮਾਇਆ ਰਾਹੀਂ ਧਨ-ਧਨ ਕਰਵਾਈ ਜਾਂਦੀ ਰਹੇਗੀ ਸਰਦਾਰ ਸੁਖਦੇਵ ਸਿੰਘ ਅੱਗੇ ਲਿਖਦੇ ਨੇ ਕਹਿੰਦੇ ਨੇ ਪੁਰਾਣੀ ਸ਼ਬਦਾਵਲੀ 'ਚ ਗੱਲ ਕੀਤੀ ਜਾਵੇ ਤਾਂ ਸਮਝੋ ਇਹਨਾਂ ਨਵੇਂ ਸਫੈਦ ਪੋਸ਼ਾ ਨੂੰ ਇੱਕ ਕਿਸਮ ਦੇ ਮੁਰੱਬੇ ਦਿੱਤੇ ਜਾਣਗੇ ਐਸੇ ਲੜੀ 'ਚ ਬਾਦਲਾਂ ਨੇ ਲੰਬੇ ਸਮੇਂ ਤੱਕ ਰਾਸ਼ਟਰ ਦੀ ਪ੍ਰਸ਼ੰਸਾਯੋਗ ਸੇਵਾ ਕੀਤੀ ਪਰ ਹੁਣ ਇਹ ਸਿੱਖਾਂ ਅੰਦਰ ਬਹੁਤ ਬਦਨਾਮ ਹੋ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਲਈ ਇਹ ਕਿਸੇ ਕੰਮ ਦੇ ਨਹੀਂ ਰਹੇ ਕਈ ਵਾਰ ਅਫਸਰਵਾਦੀ ਹੋ ਜਾਂਦੇ ਨੇ ਤੇ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਨੂੰ ਵਰਤ ਕੇ ਸੁਟਣਾ ਪੈ ਰਿਹਾ ਹੈ। ਸੁਖਦੇਵ ਸਿੰਘ ਹੁਰੀ ਅੱਗੇ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਗੇਮ ਪਲਾਨ ਇਹ ਹੈ ਕਿ ਕਈ ਪ੍ਰੇਮ ਸਿੰਘ ਚੰਦੂ ਮਾਜਰੇ ਅਤੇ ਮਲੂਕੇ ਵਰਗੇ ਅੱਗੇ ਲਾ ਕੇ ਨਵੇਂ ਸਿਰੇ ਤੋਂ ਅਕਾਲੀ ਦਲ ਸਥਾਪਿਤ ਕਰਵਾਇਆ ਜਾਵੇ ਜੋ ਪਿੰਜਰੇ ਦੇ ਤੋਤੇ ਵਾਂਗ ਭਾਜਪੀ ਪ੍ਰਤੀ ਵਫਾਦਾਰ ਬਣ ਕੇ ਚੱਲੇ। ਇਹ ਯੋਜਨਾ ਕਾਲੀ ਨਾਲ ਸਿਰੇ ਚੜਾਈ ਜਾ ਰਹੀ ਹੈ। ਤਾਂ ਜੋ ਖਾਲੀ ਪੰਥਕ ਸਪੇਸ ਨੂੰ ਨੌਜਵਾਨ ਵਰਗ ਭਰਨ ਦੀ ਪਹਿਲ ਕਦਮੀ ਨਾ ਕਰ ਜਾਵੇ ਸੋ ਇਹ ਗੱਲ ਅਸੀਂ ਦੇਖਦੇ ਹਾਂ ਕਿ ਸੁਖਦੇਵ ਸਿੰਘ ਹੋਰਾਂ ਦੀ ਜਿਹੜੀ ਇਹ ਗੱਲ ਕਹੀ ਹੋਈ ਹੈ ਉਹਨਾਂ ਦਾ ਇਹ ਨੁਕਤੇ ਤੇ ਨਿਚੋੜ ਜਿਹੜਾ ਅਸੀਂ ਕੱਲ ਦੇ ਪ੍ਰੋਗਰਾਮ 'ਚ ਅਕਾਲੀ ਦਲ ਬਾਦਲ ਬਾਰੇ ਪ੍ਰੋਗਰਾਮ 'ਚ ਇਹ ਇਹੋ ਹੀ ਨੁਕਤਾ ਚੁੱਕਿਆ ਸੀ ਸੋ ਕਹਿਣ ਦੀ ਗੱਲ ਇਹ ਹੈ ਕਿ ਨਤੀਜੇ ਸਾਨੂੰ ਤੁਰਤ ਫੁਰਤ ਮਿਲ ਰਹੇ ਨੇ ਕੱਲ ਅਸੀਂ ਪ੍ਰੋਗਰਾਮ ਕੀਤਾ ਤੇ ਅੱਜ ਨਤੀਜੇ ਬਿਆਨਬਾਜ਼ੀ ਜਾਂ ਤੱਤ ਜਾਂ ਉਹ ਜਿਹੜਾ ਦੁੱਧ ਰਿੜਕਿਆ ਸੀ ਉਹਦੇ ਚੋਂ ਘਿਓ ਨਿਕਲਣਾ ਸ਼ੁਰੂ ਹੋ ਗਿਆ ਸੋ ਕਹਿਣ ਦੀ ਗੱਲ ਇਹ ਹੈ ਕਿ ਸੁਖਵੀਰ ਬਾਦਲ ਅਤੇ ਉਸਦੇ ਪਰਿਵਾਰ ਨੂੰ ਉਹ ਸਾਰੀਆਂ ਰਿਆਇਤਾਂ ਅਤੇ ਮਾਣ-ਪੱਤੇ ਤਾਂ ਮਿਲਦੇ ਰਹਿਣਗੇ ਜਿਹੜੇ ਕਿਸੇ ਸਰਕਾਰੀ ਉੱਚ ਅਫਸਰ ਨੂੰ ਰਿਟਾਇਰ ਹੋਣ ਤੇ ਬਾਅਦ ਮਿਲਦੇ ਰਹਿੰਦੇ ਨੇ ਪਰਿਵਾਰ ਦਾ ਕੋਈ ਮੈਂਬਰ ਐਮਪੀ ਜਾਂ ਐਮਐਲਏ ਵੀ ਬਣਦਾ ਰਹੇਗਾ ਪਰ ਉਹਨਾਂ ਦੀ ਪੰਜਾਬ ਜਾਂ ਸਿੱਖ ਸਿਆਸਤ 'ਚ ਕੋਈ ਕੀੜੀ ਜਿੰਨੀ ਵੀ ਭੂਮਿਕਾ ਨਹੀਂ ਹੋਵੇਗੀ ਪਾਵਰਾਂ ਸੀਜ਼ ਹੋ ਗਈਆਂ ਨੇ ਸੁਖਵੀਰ ਬਾਦਲ ਦੀਆਂ ਸੁਖਵੀਰ ਬਾਦਲ ਨੂੰ ਮੁੜ ਵਾਪਸੀ ਜਾਂ ਪੰਥਕ ਕੱਪੜੇ ਪਾਉਣ ਦੇ ਜਿਹੜੇ ਸੁਝਾਅ ਮੈਂ ਕੱਲ ਦਿੱਤੇ ਸਨ ਉਹ ਮਹਿਜ਼ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਜ਼ੀਰੋ ਹੋ ਗਏ ਸੋ ਪੰਜਾਬ ਦੀ ਸਿਆਸਤ 'ਚ ਘਟਨਾਵਾਂ ਐਨੀ ਤੇਜ਼ੀ ਨਾਲ ਵਾਪਰ ਰਹੀਆਂ ਨੇ ਇਹਨਾਂ ਦਾ ਲੇਖਾ ਜੋਖਾ ਅਸੀਂ ਕਰਦੇ ਰਹਿਣਾ ਹੈ। ਅ ਇਹਦੇ ਅੱਗੇ ਆਪਾਂ ਪੈੜਚਾਲ ਫੜਨ ਦੀ ਕੋਸ਼ਿਸ਼ ਕਰਾਂਗੇ ਸੇਫਟੀ ਵਾਲ ਦੀ। ਹੁਣ ਗੂੰ ਕਰਦੇ ਹਾਂ ਗਲੋਬਲ ਸਿੱਖ ਮਸਲਿਆਂ 'ਤੇ। ਪਾਕਿਸਤਾਨ ਦੇ ਕਬਜ਼ੇ ਹੇਠਲੇ ਪੰਜਾਬ 'ਚ ਆਨੰਦ ਮੈਰਿਜ ਐਕਟ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੋਣ ਵਾਲੇ ਸਿੱਖ ਜੋੜਿਆਂ ਦੇ ਵਿਆਹ ਹੁਣ ਦਾ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਰਜਿਸਟਰਾਰ ਐਂਡ ਮੈਰਿਜ ਰੂਲਸ 2024 ਦੇ ਅਧੀਨ ਰਜਿਸਟਰ ਹੋਇਆ ਕਰਨਗੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਸ਼ਰੀਫ ਨੇ ਇਹਦਾ ਐਲਾਨ ਕੀਤਾ ਤੇ ਪਾਕਿਸਤਾਨ ਚ ਸਿੱਖਾਂ ਦੀ ਕੀ ਹਾਲਤ ਰਹੀ ਹੈ ਜਾਂ ਸਿੱਖ ਸੰਘਰਸ਼ ਦੌਰਾਨ ਪਾਕਿਸਤਾਨ ਨੇ ਕੀ ਰੋਲ ਨਿਭਾਇਆ ਇਹ ਗੱਲਾਂ ਹੁਣ ਕਿਸੇ ਕੋਲੋਂ ਲੁਕੀਆਂ ਹੋਈਆਂ ਨਹੀਂ ਨੇ ਤੇ ਕਿਉਂਕਿ ਅਸੀਂ ਇਸ ਦੇ ਬਾਰੇ ਦੋ ਤਿੰਨ ਪ੍ਰੋਗਰਾਮ ਕਰ ਚੁੱਕੇ ਹਾਂ ਪੌਡਕਾਸਟ ਵੀ ਕਰ ਚੁੱਕੇ ਹਾਂ ਪਰ ਜੇ ਕੋਈ ਅਜਿਹਾ ਕਦਮ ਚੁੱਕਿਆ ਜਾਂਦਾ ਜਿਸ ਦੇ ਨਾਲ ਸਿੱਖ ਪਹਿਚਾਨ ਸਿਰ ਕੱਢਦੀ ਹੋਵੇ ਤਾਂ ਨਿਰਸੰਦੇ ਇਸ ਦੇ ਨਾਲ ਤਿਰੰਗਾ ਝੰਡਾ ਚੁੱਕੀ ਫਿਰਦੇ ਪੱਗਾਂ ਵਾਲੇ ਲੋਕਾਂ ਲਈ ਬਾਹਰ ਨਿਕਲਣਾ ਔਖਾ ਤਾਂ ਹੁੰਦਾ ਹੀ ਹੈ ਸੋ ਉਹਨਾਂ ਦੇ ਕਾਫੀ ਵੱਡੇ ਸਵਾਲ ਹੋਣਗੇ ਕਿ ਉਹਨਾਂ ਨੇ ਤਿਰੰਗਾ ਝੰਡਾ ਕਿਉਂ ਚੁੱਕਿਆ ਹੋਇਆ ਹੁਣ ਗੱਲ ਨੂੰ ਹੋਰ ਅੱਗੇ ਵਧਾਈਏ ਆਪਾਂ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਅਤੇ ਇਸ ਦੇ ਬਾਅਦ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਅਮਰੀਕਾ ਨੇ ਭਾਰਤ ਕੋਲੋਂ ਇੱਕ ਵਾਰ ਫੇਰ ਜਵਾਬ ਤਲਬੀ ਕੀਤੀ ਹੈ ਵੱਖ-ਵੱਖ ਅਖਬਾਰਾਂ ਭਾਰਤੀ ਮੀਡੀਆ 'ਚ ਵੀ छਪੀਆਂ ਨੇ ਖਬਰ ਹੈ ਯੂ ਐਸ ਮੇਡ ਇਟ ਕਲੀਅਰ ਟੂ ਇੰਡੀਆ ਥੈਟ ਇਟ ਸੀਕਸ ਅਕਾਉਂਟੇਬਿਲਟੀ ਅਮਰੀਕਨ ਅਫੀਸ਼ੀਅਲਸ ਔਨ ਪੰਨੂ ਕੇਸ ਇਨ ਨਵੰਬਰ ਲਾਸਟ ਈਅਰ ਯੂ ਐਸ ਫੈਡਰਲ ਪ੍ਰੋਸੀਕਿਊਟਰਸ ਚਾਰਜਡ ਇੰਡੀਅਨ ਨੈਸ਼ਨਲ ਨਿਖਲ ਗੁਪਤਾ of working with an indian government employee in the foiled plot to kill gurpatwant singh pannu in new york es sambandh ch pichle saal june mahine ch ik bharati atwadi nikhil gupta nu czech republic ch police ne giraftar kar laya si te ese mahine usdi hawaldgi america ne lai hai ik peshi usdi pe chuki hai ਤੇ ਅੱਗੇ ਕਾਨੂੰਨੀ ਕਾਰਵਾਈ ਰਹੀ ਕੇਸ ਸਾਹਮਣੇ ਆਉਂਦਾ ਰਹੇਗਾ ਤੇ ਅਸੀਂ ਉਸ ਦੇ ਉੱਤੇ ਚਰਚਾ ਕਰਦੇ ਰਹਾਂਗੇ ਕਿਉਂਕਿ ਇਹਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਅਮਰੀਕਾ ਨੇ ਸੀਸੀ1 ਵਿਕਰਮ ਯਾਦਵ ਨੂੰ ਭਾਰਤ ਕੋਲੋਂ ਮੰਗਿਆ ਹੋਇਆ ਹੁਣ ਭਾਰਤ ਤੇ ਦਬਾਅ ਹੈ ਕਿ ਉਹ ਨikhil ਗੁਪਤਾ ਵਿਕਰਮ ਯਾਦਵ ਅਜੀਤ ਡੋਵਾਲ ਅਤੇ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀਆਂ ਹੋਈਆਂ ਤਾਰਾਂ ਦੀ ਪੂਰੀ ਜਾਣਕਾਰੀ ਅਮਰੀਕਾ ਦੇ ਜਾਂਚ ਅਧਿਕਾਰੀਆਂ ਨੂੰ ਸੌਂਪੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੀ ਧਰਤੀ ਤੇ ਕਤਲ ਕਰਨ ਦੀ ਸਾਜ਼ਿਸ਼ ਚ ਸ਼ਾਮਲ ਲੋਕਾਂ ਅਤੇ ਸਿਸਟਮ ਬਾਰੇ ਭਾਰਤ ਸਰਕਾਰ ਕੀ ਪੜਤਾਲ ਕਰ ਰਹੀ ਹੈ ਅਤੇ ਇਹ ਕਿੱਥੋਂ ਤੱਕ ਪਹੁੰਚੀ ਹੈ ਇਸ ਬਾਰੇ ਸਾਰੀ ਜਾਣਕਾਰੀ ਅਮਰੀਕਾ ਨੇ ਮੰਗੀ ਹੈ ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਅੱਜ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕਾ ਨੇ ਇਸ ਬਾਰੇ ਭਾਰਤ ਤੇ ਲਗਾਤਾਰ ਦਬਾਅ ਪਾਇਆ ਹੋਇਆ ਅਤੇ ਸਪਸ਼ਟ ਕੀਤਾ ਕਿ ਉਹ ਕਤਲ ਦੀ ਸਾਜ਼ਿਸ਼ ਦੇ ਇਸ ਮਾਮਲੇ 'ਚ ਜਵਾਬਦੇਹੀ ਮੰਗਦਾ ਹੈ। ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੇ ਡਿਪਟੀ ਫੋਰਨ ਸਕੱਤਰ ਕર્ટ ਕੈਂਪਵੈਲ ਨੇ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਸਭ ਤੋਂ ਸੀਨੀਅਰ ਪੱਧਰ ਦੇ ਅਧਿਕਾਰੀਆਂ ਕੋਲ ਇਹ ਮੁੱਦਾ ਚੁੱਕਿਆ। ਕੈਂਪਵੈਲ ਨੇ ਇਹ ਟਿੱਪਣੀ ਪਿਛਲੇ ਹਫ਼ਤੇ ਆਪਣੇ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸូលਿਵਨ ਦੀ ਭਾਰਤ ਫੇਰੀ ਮੌਕੇ ਹੋਈਆਂ ਵਰਚੁਅਲ মিডিਆ ਬਰੀਫਿੰਗ ਦੌਰਾਨ ਕੀਤੀਆਂ ਤੇ ਗੁਰਪਤਮਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਅਤੇ ਉਸ ਸਾਜ਼ਿਸ਼ ਦੇ ਜਗ੍ਜ਼ਾਹਰ ਹੋਣ ਦੇ ਨਾਲ ਸਿੱਖਾਂ ਦਾ ਕੋਈ ਫਾਇਦਾ ਹੋਇਆ ਜਾਂ ਅਸੀਂ ਹਲੇ ਵੀ ਖਬਰਾਂ ਦੀ ਉੱਪਰਲੀ ਦਿਖਾਈ ਦਿੰਦੀ ਪਰਤ ਨੂੰ ਹੀ ਸੱਚ ਮੰਨ ਰਹੇ ਹਾਂ ਜਾਂ ਸੱਚ ਮੰਨਦੇ ਹਾਂ ਇਹਦੇ ਬਾਰੇ ਵੀ ਥੋੜੀ ਥੋੜੀ ਗੱਲ ਹੋਣੀ ਚਾਹੀਦੀ ਹੈ ਇਹ ਸਵਾਲ ਬੌਧਿਕ ਹੈ ਬੌਧਿਕ ਹੋਣ ਦੇ ਨਾਲ-ਨਾਲ ਅਮਰੀਕੀ ਸਿੱਖਾਂ ਦੇ ਭਵਿੱਖ ਦੇ ਨਾਲ ਵੀ ਬਹੁਾਸਤ ਜੁੜਿਆ ਹੋਇਆ ਹੈ ਪਿਛਲੇ 40 ਸਾਲਾਂ ਚ ਅਮਰੀਕਾ ਨੇ ਸਿੱਖਾਂ ਨੂੰ ਸਿਰਫ ਰਾਜਸੀ ਸ਼ਰਨ ਦਿੱਤੀ ਹੈ ਉਹ ਵੀ ਇੱਕ ਕਾਨੂੰਨੀ ਦਾਇਰੇ ਦੇ ਅਧੀਨ ਅਤੇ ਸਿੱਖਾਂ ਨੇ ਮੋੜਵੇਂ ਰੂਪ ਚ ਅਮਰੀਕਾ ਦੀ ਮਜ਼ਬੂਤੀ ਅਤੇ ਤਰੱਕੀ ਲਈ ਕੰਮ ਵੀ ਕੀਤਾ ਅਮਰੀਕਾ ਨੇ ਪ੍ਰਸ਼ਾਸਨਿਕ ਪੱਧਰ ਤੇ ਹਾਲੇ ਇੱਕ ਵੀ ਬਿਆਨ ਅਜੇਹਾ ਨਹੀਂ ਦਿੱਤਾ ਜਿਸ ਨਾਲ ਸਿੱਖ ਰਾਜ ਦੀ ਕਾਇਮੀ ਜਾ ਖਾਲਿਸਤਾਨ ਦਾ ਕੋਈ ਸਬੰਧ ਹੋਵੇ ਹਾਂ ਅਮਰੀਕਾ ਦੇ ਕਾਂਗਰਸ ਮੈਂਬਰਾਂ ਜਾਂ ਸੈਨੇਟ ਮੈਂਬਰਾਂ ਨੇ ਸਾਬਕਾ ਕਾਂਗਰਸਮੈਨ ਨੇ ਕਿਸੇ ਨਾ ਕਿਸੇ ਰੂਪ ਚ ਅਜਿਹੇ ਬਿਆਨ ਜ਼ਰੂਰ ਦਿੱਤੇ ਨੇ ਖਾਲਿਸਤਾਨ ਬਾਰੇ ਵੀ ਦਿੱਤੇ ਨੇ ਡਾਉਣ ਬਰਟਨ ਤੇ ਟ੍ਰੈਂਟ ਫ੍ਰੈਂਕਸ ਵੱਲੋਂ ਖੁੱਲੇ ਤੌਰ ਦੇ ਉਤੇ ਖਾਲਿਸਤਾਨ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ ਤੇ ਭਾਰਤ ਨੂੰ ਇਹ ਨਾ ਲੋਕਾਂ ਨੇ ਭਾਰਤ ਨੂੰ ਤਾੜਨਾ ਜ਼ਰੂਰ ਕੀਤੀ ਹੈ ਜਿਸ ਦੇ ਨਾਲ ਅਮਰੀਕਾ ਦੀ ਸਿੱਖਾਂ ਨਾਲ ਵਚਨਬੱਧਤਾ ਨੂੰ ਮਹਿਸੂਸ ਕੀਤਾ ਜਾ ਸਕੇ ਮਹਿਸੂਸ ਕੀਤਾ ਜਾ ਸਕਦਾ ਗੁਰਪਤਮਨ ਸਿੰਘ ਪੰਨੂ ਮਾਮਲੇ 'ਚ ਅਮਰੀਕਾ ਦੀ ਕਾਰਵਾਈ ਸਿੱਖ ਦ੍ਰਿਸ਼ਟੀਕੋਣ ਤੋਂ ਨਾ ਹੋ ਕੇ ਹੁਣ ਇਹ ਗੱਲ ਸਮਝਣ ਵਾਲੀ ਹੈ ਸਿੱਖ ਦ੍ਰਿਸ਼ਟੀਕੋਣ ਤੋਂ ਨਾ ਹੋ ਕੇ ਅਮਰੀਕੀ ਸੋਵਰਿਨਿਟੀ ਨੂੰ ਦਰਪੇਸ਼ ਖਤਰੇ ਨੂੰ ਮੁੱਖ ਰੱਖ ਕੇ ਕੀਤੀ ਗਈ ਵਿਧੇਰੇ ਵਜ਼ਨਦਾਰ ਦਲੀਲ ਹੋ ਸਕਦੀ ਹੈ ਕਿਉਂਕਿ ਭਾਰਤੀ ਖੁਫੀਆ ਤੰਤਰ ਵੱਲੋਂ ਪਾਕਿਸਤਾਨ 'ਚ ਭਾਈ ਪਰਮਜੀਤ ਸਿੰਘ ਪੰਜਵੜ ਇੰਗਲੈਂਡ 'ਚ ਭਾਈ ਅਵਤਾਰ ਸਿੰਘ ਖੰਡਾ ਨੂੰ ਤੇ ਭਾਈ ਨੀਜਰ ਨੂੰ ਕੁਝ ਦਿਨ ਪਹਿਲਾਂ ਕਤਲ ਕਰ ਦਿੱਤਾ ਜਾ ਚੁੱਕਾ ਸੀ ਇਸ ਬਾਰੇ ਅਮਰੀਕੀ ਕਾਂਗਰਸਮੈਨ ਜਾਂ ਸੈਨੇਟਰ ਹਾਲੇ ਚੁੱਪ ਨੇ ਸ਼ਹੀਦ ਹਰਦੀਪ ਸਿੰਘ ਨੀਜਰ ਬਾਰੇ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਦੇ ਵਿੱਚ ਜਸਟਿਨ ਟਰੂਡੋ ਵੱਲੋਂ ਜੋ ਖੁੱਲ੍ਹ ਕੇ ਬਿਆਨ ਦਿੱਤਾ ਗਿਆ ਸੀ ਜੋ ਖੁਲਾਸਾ ਕੀਤਾ ਗਿਆ ਸੀ ਭਾਰਤੀ ਏਜੰਸੀ ਬਾਰੇ ਉਹ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਕਹਿ ਸਕਦੇ ਹਾਂ ਉਸਨੂੰ ਕਿਉਂਕਿ ਉਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਕਦੇ ਵੀ ਅਜਿਹਾ ਭਾਵੇਂ ਉਹ ਰਿਪੋ ਦਵਨ ਸਿੰਘ ਮਲਕ ਦਾ ਕਤਲ ਸੀ ਜਾਂ ਕਨਿਸ਼ਕ ਕਾਂਡ ਹੋਇਆ ਸੀ ਜਿਸ ਦੇ ਵਿੱਚ 에ਅਰ ਇੰਡੀਆ 182 ਫਲਾਈਟ ਸੀ ਜਿਹੜੀ ਉਸ ਨੂੰ ਆਦਰਸਮਨ ਨੇ ਉਡਾ ਦਿੱਤਾ ਗਿਆ ਸੀ ਉਹਦੇ ਬਾਰੇ ਕੋਈ ਬਿਆਨ ਨਹੀਂ ਆਇਆ ਸੀ ਹਾਲਾਂਕਿ ਸੌਫਟ ਟਾਰਗੇਟ ਦੇ ਵਿੱਚ ਜ਼ਾਹਿਰ ਕਸ਼ਮੀਰੀ ਤੇ ਬ੍ਰਾਇਨ ਮੈਕੈਂਡਰੀਓ ਵੱਲੋਂ ਇਸ ਦੇ ਬਾਰੇ ਵੱਡੇ ਖੁਲਾਸੇ ਕੀਤੇ ਜਾ ਚੁੱਕੇ ਹਨ ਸੋ ਭਾਈ ਹਰਦੀਪ ਸਿੰਘ ਨੇਜਰ ਦੇ ਕਾਤਲਾਂ ਦੇ ਸੰਬੰਧ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਦੇ ਸੰਭਾਵੀ ਕਾਤਲਾਂ ਨਾਲ ਜੁੜੇ ਹੋਏ ਸਨ ਅਤੇ ਇਹ ਸਾਜ਼ਿਸ਼ ਅਮਰੀਕਾ ਦੀ ਧਰਤੀ ਦੇ ਨਾਲ ਵੀ ਜੁੜ ਗਈ ਸੀ ਸੋ ਇੱਥੇ ਅਮਰੀਕਾ ਲਈ ਚੁੱਪ ਰਹਿਣਾ ਜਾਂ ਚੁੱਪ ਕਰਕੇ ਤਮਾਸ਼ਾ ਦੇਖਣਾ ਔਖਾ ਹੋ ਗਿਆ ਇਸ ਦੇ ਨਾਲ ਅਮਰੀਕੀ ਸੋਵਰਨਿਟੀ ਸੀ ਜਿਹੜੀ ਉਹ ਖਤਰੇ ਵਿੱਚ ਪੈ ਗਈ ਜੇ ਭਾਰਤੀ ਹਿੰਦੂ ਅਤਵਾਦੀ ਅਤੇ ਹਰ ਦੁਕੀ ਤੱਕੀ ਅਤਵਾਦੀ ਅਮਰੀਕਾ ਆ ਕੇ ਇੱਥੋਂ ਦੇ ਸ਼ਹਿਰੀ ਨੂੰ ਕਤਲ ਕਰ ਦੇਵੇ ਜਾਂ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰੇ ਫਿਰ ਅਮਰੀਕਾ ਨੂੰ ਅਮਰੀਕਾ ਕੌਣ ਕਹੇ ਦੂਜੀ ਗੱਲ ਇਹ ਕਿ ਦੱਖਣ ਏਸ਼ੀਆ ਤੇ ਮਿਡਲ ਈਸਟ ਚ ਬਦਲ ਰਹੇ ਹਾਲਾਤ ਅਤੇ ਜੀਓਪੋਲਿਟਿਕਸ ਨੇ ਵੀ ਸਿੱਖਾਂ ਦੇ ਹੱਕ ਚ ਘੁਮੰਤਰੀ ਪਦਰ ਤੇ ਮਾਹੌਲ ਤਿਆਰ ਕੀਤਾ ਕਨਿਸ਼ਕ 에ਅਰਕਾਂਟ ਜਿਹੜਾ 에ਅਰ ਇੰਡੀਆ 182 ਫਲਾਈਟ ਜਿਸ ਚ ਭਾਰਤ ਨੇ ਕਥਿਤ ਤੌਰ ਤੇ 329 ਬੇਕਸੂਰ ਮੁਸਾਫਰਾਂ ਦਾ ਕਤਲ ਕੀਤਾ ਸੀ ਉਸ ਮਾਮਲੇ ਦੀ ਪੜਤਾਲ ਮੁੜ ਸ਼ੁਰੂ ਹੋਣ ਦੇ ਸੰਕੇਤ ਮਿਲੇ ਨੇ ਜਿੱਥੇ 1 ਸਾਲ ਪਹਿਲਾਂ ਕੁਮੰਤਰੀ ਮੀਡੀਆ ਸਿੱਖ ਫਰੀडम फाइਟਰਾਂ ਨੂੰ ਆਜ਼ਾਦੀ ਪਸੰਦ ਸਿੱਖਾਂ ਨੂੰ ਅਤਵਾਦੀ ਜਾਂ دہشتਗਰਦ ਲਿਖਦਾ ਸੀ ਹੁਣ ਉਹ ਸਾਨੂੰ ਵੱਖਵਾਦੀਆਂ ਸੰਘਰਸ਼ ਕਰ ਰਹੇ ਸਿੱਖ ਐਕਟਿਵਿਸਟ ਲਿਖਣ ਲੱਗ ਪਏ ਨੇ ਫਰਕ ਤਾਂ ਪੈਂਦਾ ਪਿਆ ਵੀ ਹੈ ਸਾਨੂੰ ਅਮਰੀਕਾ 'ਚ ਅਮਰੀਕਾ ਦੇ ਕਾਨੂੰਨ ਅਤੇ ਸੰਵਿਧਾਨ ਦੇ ਮੁਤਾਬਕ ਵਿਚਾਰਨਾ ਵਿਚਰਦਿਆਂ ਪੈਦਾ ਹੋਏ ਨਵੇਂ ਹਾਲਾਤ ਨੂੰ ਆਪਣੇ ਪੱਖ ਵਿੱਚ ਕਿਵੇਂ ਕਰਨਾ ਇਹ ਸਭ ਸਾਡੇ ਆਪਣੇ ਤੇ ਨਿਰਪਰ ਕਰਦਾ ਸੋ ਅਸੀਂ ਜਿਹੜਾ ਸਭ ਤੋਂ ਵੱਧ ਖਿਆਲ ਰੱਖਣਾ ਉਹ ਹੈ ਕਿ ਕੋਈ ਸੇਫਟੀ ਵਾਲਵ ਹੋਰ ਨਵਾਂ ਨਾ ਪੈਦਾ ਹੋਵੇ ਹਾਲੇ ਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸੁਨੀਲ ਜਾਖੜ ਦੇ ਬਿਆਨ ਦਾ ਕਿ ਅਕਾਲੀ ਦਲ ਵਾਂਗ ਆਜ਼ਾਦੀ ਦਾ ਕੋਈ ਸੰਘਰਸ਼ ਕਿਤੇ ਸੇਫਟੀ ਵਾਲਵ ਤਾਂ ਨਹੀਂ ਪੰਜਾਬ ਦੇ ਸੇਫਟੀ ਵਾਲਵ ਤਾਂ ਪਛਾਣੇ ਜਾ ਸਕਦੇ ਨੇ ਜਾਂ ਹੁਣ ਅਸੀਂ ਉਹਨਾਂ ਦੀ ਪਛਾਣ ਕਰਨ ਲੱਗ ਪਏ ਹਾਂ ਉਹਨਾਂ ਦੀ ਪਛਾਣ ਆਪਣੇ ਆਪ ਆਉਣ ਲੱਗ ਪਈ ਹੈ ਪਰ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਅਤੇ ਕੈਨੇਡਾ ਚ ਵੀ ਸਾਨੂੰ ਆਪਣੇ ਯਤਨ ਕਰਨੇ ਪੈਣਗੇ ਕਿ ਸੇਫਟੀ ਵਾਲਵ ਲਬੀਏ ਅਤੇ ਉਹਨਾਂ ਨੂੰ ਨਾਲ ਦੀ ਨਾਲ ਖਤਮ ਵੀ ਕਰੀਏ ਤੇ ਇਹ ਗੱਲ ਸਾਡੀ ਮਹੱਤਵਪੂਰਨ ਮੈਂ ਹੁਣ ਚਾਹਾਂਗਾ ਕਿ ਜੇ ਕਿਸੇ ਸੱਜਣ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਕਰਨੀ ਹੈ ਜਾਂ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦੇ ਨੇ ਕਿਉਂਕਿ ਅਸੀਂ ਨੰਬਰ ਨਾਲ ਹੀ ਦਿੱਤਾ ਹੋਇਆ 623 250 2734 ਤੇ ਤੁਸੀਂ ਸਾਡੇ ਨਾਲ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡੇ ਚੱਲਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਕਾਲਾਂ ਨੇ ਅਸੀਂ ਫਿਕਸ ਕਰਾਂਗੇ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਇਹਦੇ ਬਾਰੇ ਅਸੀਂ ਲਗਾਤਾਰ ਯਤਨਸ਼ੀਲ ਰਹਿਨੇ ਕਿ ਸਾਡੇ ਪ੍ਰੋਗਰਾਮ ਵਧੀਆ ਹੋਣ ਤੇ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਤੁਸੀਂ ਦੇਖ ਸਕੋ ਤੇ ਆਪਣੀ ਜਿਹੜਾ ਸਿੱਖ ਸੱਭਿਆਚਾਰ ਹੈ ਤੇ ਆਪਣੀ ਕੌਮ ਦੀ ਜਿਹੜੀ ਆਜ਼ਾਦੀ ਦੀ ਲੜਾਈ ਆ ਉਸ ਤੇ ਬਾਰੇ ਜੋ ਵੀ ਅਪਡੇਟਸ ਹੈਗੀਆਂ ਨੇ ਤੁਸੀਂ ਆਪਣੇ ਘਰ ਬੈਠੇ ਜਾਣ ਸਕੋ ਦੇਖ ਸਕੋ ਤੇ ਤੁਹਾਡੇ ਕਿਚਨ ਏਰੀਆ ਦੇ ਵਿੱਚ ਤੁਹਾਡੇ ਡ్రਾਈਂਗ ਰੂਮ ਦੇ ਵਿੱਚ ਲਿਵਿੰਗ ਏਰੀਆ ਦੇ ਵਿੱਚ ਸਾਡਾ ਜਿਹੜਾ ਲੈਪਟਾਪ ਦੇ ਉੱਤੇ ਜਾਂ ਟੀਵੀ ਦੇ ਉੱਤੇ ਤੁਹਾਡੇ ਪ੍ਰੋਗਰਾਮ ਚੱਲਦੇ ਰਹਿਣ ਤੁਸੀਂ ਦੇਖ ਸਕੋ ਕਿਉਂਕਿ 24 ਘੰਟਿਆਂ ਦੇ ਨਾ ਪ੍ਰੋਗਰਾਮਸ ਦੇ ਵਿੱਚ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਵੀ ਅਸੀਂ ਸਿੱਧਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੀ ਪੇਸ਼ ਕਰਦੇ ਹਾਂ ਔਰ ਸਾਡੇ ਵਕ ਵਕ ਪ੍ਰੋਗਰਾਮ ਹੁੰਦੇ ਨੇ ਸੋ ਇਹ ਜਦੋਂ ਲਾਈਨਾਂ ਸਾਡੀਆਂ ਖੁੱਲ ਜਾਣਗੀਆਂ ਅਸੀਂ ਪੂਰੀਆਂ ਮਤਲਬ ਇਹ ਪ੍ਰੋਗਰਾਮ ਸ਼ੁਰੂ ਕਰ ਦੇਵਾਂਗੇ ਤਾਂ ਤੁਸੀਂ ਸਾਡੇ ਨਾਲ ਸਿੱਧੀ ਉਦੋਂ ਗੱਲ ਵੀ ਕਰ ਸਕੋਗੇ ਜੁੜ ਸਕੋਗੇ ਸਾਡੇ ਨਾਲ ਤੇ ਅ ਮੈਂ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਵੱਖ-ਵੱਖ ਮਾਧਿਮਾਂ ਦੇ ਜ਼ਰੀਏ ਦੇਖ ਸਕਦੇ ਹੋ ਰੋਕੂ ਟੀਵੀ ਤੇ ਐਮਾਜ਼ਨ ਫਾਇਰ ਟੀਵੀ ਤੇ ਐਪਲ ਟੀਵੀ ਦੇ ਉੱਤੇ ਅਸੀਂ ਲਾਈਵ ਹਾਂ ਇਸ ਵੇਲੇ ਤੇ ਇਸ ਦੇ ਨਾਲ ਹੀ ਲਾਈਵ ਹਾਂ ਅਸੀਂ ਸਾਡਾ YouTube ਚੈਨਲ ਹੈ ਤੇ ਸਾਡੀ ਜਿਹੜੀ ਵੈਬਸਾਈਟ ਹੈ ਸਾਡੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣੇ ਫੋਨ ਦੇ ਉੱਤੇ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਟੀਵੀ ਤੇ ਵੀ ਡਾਊਨਲੋਡ ਕਰ ਸਕਦੇ ਜਿਨ੍ਹਾਂ ਕੋਲ 스마트 ਟੀਵੀ ਨੇ ਉਹ ਆਪਣੇ ਟੀਵੀ ਤੇ ਵੀ ਸਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਡਾਊਨਲੋਡ ਕਰ ਸਕਦੇ ਨੇ ਤੇ ਉਹ ਸਤਲੂਜ ਕਰਕੇ ਤੁਸੀਂ ਐਂਡਰੋਇਡ ਤੇ ਜਾਂ ਜਿਹੜਾ ਐਪ ਸਟੋਰ ਆਈਫੋਨ ਦੀ ਐਪ ਜਿਹੜਾ ਆਈਓਐਸ ਦੀ ਹੈਗੀ ਉੱਥੇ ਜਾ ਕੇ ਤੁਸੀਂ ਸਤਲੂਜ ਪਾਉਣਾ ਸਿਰਫ ਐਸ ਏ ਟੀ ਐਲ ਯੂ ਜੇ ਸਤਲੂਜ ਪਾਉਗੇ ਤਾਂ ਸਾਡੀ ਐਪਲੀਕੇਸ਼ਨ ਤੁਹਾਨੂੰ ਦਿਖਾਈ ਦੇਵੇਗੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ www.satlujnetwork.tv ਤੇ ਸਾਡਾ ਇਹ ਪ੍ਰੋਗਰਾਮ ਤੁਸੀਂ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ YouTube ਦੇ ਉੱਤੇ ਕਮੈਂਟ ਕਰ ਸਕਦੇ ਹੋ ਵਕ ਵਕ ਸਾਡੇ ਜਿਹੜੇ ਮਾਧਿਅਮ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਉੱਤੇ ਕਮੈਂਟ ਕਰ ਸਕਦੇ ਹੋ ਸਾਨੂੰ ਮੈਸੇਜ @satloojtv.com ਦੇ ਉੱਤੇ ਤੁਸੀਂ ਸਾਨੂੰ ਸਿੱਧਾ ਮੈਸੇਜ ਵੀ ਕਰ ਸਕਦੇ ਹੋ ਸਾਨੂੰ ਈਮੇਲ ਕਰ ਸਕਦੇ ਹੋ ਤੇ YouTube ਨੂੰ ਅਸੀਂ ਵੈਸੇ ਹੀ ਵਰਤ ਰਹੇ ਹਾਂ ਭਾਰਤੀ ਤੰਤਰ ਦੀਆਂ ਜਿਹੜੀਆਂ ਪਾਬੰਦੀਆਂ ਦੇ ਕਾਰਨ ਉੱਥੇ ਸਾਡੀ ਰੀਚ ਹੈ ਜਿਹੜੀ ਘਟਾਈ ਹੋਈ ਹੈ ਸੋਸ਼ਲ ਨੈਟਵਰਕਸ ਦੇ ਉੱਤੇ ਵੀ ਰੀਚ ਘਟਾਈ ਹੋਈ ਹੈ ਪਰ ਅਸੀਂ ਉਹ ਵੀ ਜਿਹੜਾ ਘਰ ਹੈ ਉਹਨੂੰ ਛੱਡਣਾ ਨਹੀਂ ਹੈਗਾ ਤੇ ਭਾਵੇਂ ਉਥੇ ਲੋਕ ਘੱਟ ਦਿਖਾਈ ਦਿੰਦੇ ਨੇ 뷰ਅਰ ਘੱਟ ਦਿਖਾਈ ਦਿੰਦੇ ਨੇ ਪਰ ਉਹਨਾਂ ਦਾ ਪਲੈਟਫਾਰਮ ਕਿਉਂਕਿ ਮਲਟੀ ਮਿਲੀਅਨ ਬਿਲੀਅਨ ਡਾਲਰਾਂ ਦਾ ਪਲੈਟਫਾਰਮ ਉਹਨਾਂ ਨੇ ਬਣਾਇਆ ਜੇ ਅਸੀਂ ਉਹ ਵਰਤ ਕੇ ਕੁਝ ਹਜ਼ਾਰ ਜਾਂ ਸਾਨੂੰ 뷰 ਉਥੇ ਸਾਡੇ 뷰ਅਰ ਨੇ ਜਿਹੜੇ ਦਰਸ਼ਕ ਨੇ ਉਹ ਸਾਨੂੰ ਦੇਖਦੇ ਨੇ ਸਾਡੀ ਕੌਮ ਦੇ ਸੁਚੇਤ ਲੋਕ ਤਾਂ ਸਾਨੂੰ ਉਹ ਵੀ ਜਿਹੜਾ ਹੈ ਛੱਡਣਾ ਨਹੀਂ ਚਾਹੀਦਾ ਸੋ ਇਹ ਬਹੁਤ ਸਾਡੇ ਫਾਇਦੇ ਚ ਜਾਂਦੀ ਹੈ ਕੋਈ ਨਾ ਕੋਈ ਗੱਲ ਸੋ ਇੰਨਾ ਹੀ ਸਹੀ ਜੇ ਅਸੀਂ ਫ੍ਰੀ ਚ ਵੀਡੀਓ ਅਪਲੋਡ ਕਰ ਸਕਦੇ ਹਾਂ ਅਜਲੇ ਸਿਰਫ ਐਨਾ ਹੀ ਸੋਮਵਾਰ ਮਿਲਦੇ ਆਂ ਅਸੀਂ ਹੁਣ ਤੇ ਇੱਕ ਨਵੇਂ ਦ੍ਰਿਸ਼ਟੀਕੋਣ ਅਤੇ ਆਜ਼ਾਦੀ ਦੀ ਸੋਚ ਦੇ ਨਾਲ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ